ਹੈਲੋ एवरीवन ਟੁਡੇ ਵੀ ਵਿਲ ਡਿਸਕਸ ਦਾ ਟਾਪਿਕ ਫੰਡਾਮੈਂਟਲ ਰਾਈਟਸ ਫੰਡਾਮੈਂਟਲ ਰਾਈਟਸ ਤੋਂ ਆਪਾਂ ਪਹਿਲਾਂ ਗੱਲ ਕਰਾਂਗੇ ਪਹਿਲਾਂ ਕਿ ਇਸ ਦਾ ਮੀਨਿੰਗ ਕੀ ਹੈ ਅਰਥ ਕੀ ਹੈ ਵਿਸ਼ੇਸ਼ਤਾਈਆਂ ਜਾਂ ਕਿਹੜੇ-ਕਿਹੜੇ ਅਧਿਕਾਰ ਆ ਫਸਟ ਆਫ ਆਲ ਗੱਲ ਕਰਾਂਗੇ ਕਿ ਇਹ ਕਿੱਥੇ-ਕਿਹੜੇ ਦੇਸ਼ਾਂ 'ਚ ਪਾਏ ਜਾਂਦੇ ਆ ਐਗਜ਼ਾਮਪਲ ਤੌਰ ਤੇ ਆਪਾਂ ਦੋ ਦੇਸ਼ ਲੈ ਲੈਂਦੇ ਆ ਇੰਡੀਆ ਤੇ ਚਾਈਨਾ ਇੰਡੀਆ ਵੇਡਾ ਲੋਕਤੰਤਰੀ ਦੇਸ਼ ਆ ਜਿਹਨੂੰ ਆਪਾਂ ਡੈਮੋਕ੍ਰੇਸੀ ਵੀ ਕਹਿੰਦੇ ਆ ਠੀਕ ਆ ਤੇ ਚਾਈਨਾ ਸਾਮਾਦੀ ਦੇਸ਼ ਆ ਕਿ ਟੈਕਮਿਨਿਸਟ ਪਾਰਟੀ ਵਗੈਰਾ ਬਾ ਇਨਾਂ ਦੋਨਾਂ ਚ ਹੈ ਤੇ ਦੋਨੋਂ ਦੇਸ਼ ਆ ਦੋਨੋਂ ਪਰ ਸੱਤਾ ਸੰਬੰਧ ਦੇਸ਼ ਆ ਬਟ ਇਹਨਾਂ ਦੋਨਾਂ ਚ ਜਮੀਨ ਆਸਮਨ ਦਾ ਫਰਕ ਕੀ ਆ ਕਿ ਲੋਕਤੰਤਰੀ ਹੋਣ ਦੇ ਦੇਸ਼ ਇੰਡੀਆ ਚ ਲੋਕਤੰਤਰੀ ਦੇਸ਼ ਹੋਣ ਦਾ ਕਰਕੇ ਇੱਥੇ ਮੌਲਿਕ ਅਧਿਕਾਰ ਪਾਈ ਜਾਂਦੇ ਆ ਬਟ ਚਾਈਨਾ ਵਿੱਚ ਇਹ ਚੀਜ਼ ਨਹੀਂ ਪਾਈ ਜਾਂਦੀ ਮੌਲਿਕ ਅਧਿਕਾਰ ਉਹ ਹੱਕ ਵਾ ਸਾਡੇ ਅਧਿਕਾਰ ਨੇ ਜੜ ਨਦੀ ਰੱਖੀ ਸਭ ਤੰਨ ਕਰਦਾ ਸੁਪਰੀਮ ਕੋਰਟ ਕਰਦੀ ਆ ਤੇ ਸਾਡੇ ਵਿਕਾਸ ਵਾਸਤੇ ਜ਼ਰੂਰੀ ਆ ਫਸਟ ਆਫ ਅਲ ਕੰਡੀਸ਼ਨ ਏ ਆ ਕਿ ਹਮੇਸ਼ਾ ਹੀ ਡੈਮੋਕ੍ਰੇਸੀ ਕੰਟਰੀ ਵਿੱਚ ਹੀ ਇਹ ਪਾਏ ਜਾਣਗੇ ਠੀਕ ਹੈ ਮੌਲਿਕ ਅਧਿਕਾਰ ਜਿਹਨੂੰ ਆਪਾਂ ਆਮ ਬੋਲਚਾਲ ਵਿੱਚ ਕਹਿੰਦੇ ਕਿ ਮੇਰਾ ਮੁੱਢਲਾ ਹੱਕ ਵਾ ਮੈਨੂੰ ਚਾਹੀਦਾ ਚਾਹੀਦਾ ਇਸ ਤੋਂ ਬਿਨਾ ਮੈਂ ਸਰਵਾਈਵ ਨਹੀਂ ਕਰ ਸਕਦਾ ਕਿੰਦਾ ਜਿਹੜੇ ਵੀ ਅੱਜ ਦੇ ਲੋਕਤੰਤਰੀ ਰਾਜਵਾ ਠੀਕਾ ਉਹਨਾਂ ਦੀ ਪਹਿਚਾਨ ਉੱਥੇ ਹੀ ਕੀਤੀ ਜਾਂਦੀ ਆ ਕਿ ਵਾਕੀ ਲੋਕਨ ਰਾਜਾ ਜੇਕਰ ਉਹਨਾਂ ਨੂੰ ਉਹਦੇ ਮੂਲ ਦੇ ਅਧਿਕਾਰ ਦਿੱਤੇ ਗਏ ਹਨ ਮੌਲਿਕ ਅਧਿਕਾਰ ਦਿੱਤੇ ਗਏ ਹਨ ਜਿਹੜੇ ਕਿ ਉਹਦੇ ਵਿਕਾਸ ਵਾਸਤੇ ਜ਼ਰੂਰੀ ਆ ਜੇਕਰ ਉਸ ਨੂੰ ਮੌਲਿਕ ਅਧਿਕਾਰ ਨਹੀਂ ਮਿਲੇ ਉਸ ਦੇਸ਼ ਨੂੰ ਤੇ ਉਸ ਨੂੰ ਆਪਾਂ ਲੋਕਤੰਤਰੀ ਟੇਸ਼ਨ ਡੈਮੋਕ੍ਰੇਸੀ ਕੰਟਰੀ ਨਹੀਂ ਕਹਿ ਸਕਦੇ ਤੇ ਇਹਦਾ ਮਤਲਬ ਇਹ ਉਦੇਸ਼ ਕੀ ਹੁੰਦਾ ਹੈ ਕਿ ਵਿਅਕਤੀ ਦਾ ਵਿਕਾਸ ਵੱਤੂ ਵੱਤ ਕੀਤਾ ਜਾਵੇ ਇਹਨਾਂ ਅਧਿਕਾਰਾਂ ਦੁਆਰਾ ਵਿਅਕਤੀ ਦਾ ਵਿਕਾਸ ਕੀਤਾ ਜਾਵੇ ਤੇ ਸਾਡਾ ਦੇਸ਼ ਕਿਉਂਕਿ ਡੈਮੋਕ੍ਰੇਸੀ ਆ ਇੰਡੀਆ ਜਿਹੜਾ ਡੈਮੋਕ੍ਰੈटिक ਕੰਟਰੀ ਆ ਇਸ ਕਰਕੇ ਆਪਣੇ ਦੇਸ਼ ਨੂੰ ਡੈਮੋਕ੍ਰੈटिक ਹੋਰ ਚਾਹਤ ਅਪਣਾਉਣ ਲਈ ਸਾਡੇ ਸੰਵਿਧਾਨ ਵਿੱਚ ਵੀ ਮੌਲਿਕ ਅਧਿਕਾਰਾਂ ਦਾ ਫੰਡਾਮੈਂਟਲ ਰਾਈਟਸ ਦਾ ਵਰਣਨ ਹੈ ਤੋਂ ਫੰਡਾਮੈਂਟਲ ਰਾਈਟਸ ਦਾ ਵਰਣਨ ਕਿਦੇ ਵਿੱਚ ਹੈਗਾ ਵਾ ਧਾਰਾ 12 ਤੋਂ ਲੈ ਕੇ 35 ਤੱਕ 12 ਤੋਂ ਲੈ ਕੇ 35 ਤੱਕ ਮੌਲਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ ਹੈ मीनिंग ਯਾ ਫਿਰ ਇਸ ਨੂੰ ਸਮਝ ਲਓ ਕਹਿੰਦਾ ਮੌਲਕ ਅਧਿਕਾਰ ਕੀ ਆ ਵਿਅਕਤੀ ਦੇ ਵਿਕਾਸ ਵਾਸਤੇ ਬਹੁਤ ਜ਼ਰੂਰੀ ਆ ਬੁਨਿਆਦ ਵਾ ਠੀਕ ਆ ਹਰ ਇੱਕ ਚੀਜ਼ ਤਾਂ ਜਿਦਾ ਬੇਸ ਵਾ ਤੇ ਜਿਹੜੇ ਵਿਅਕਤੀ ਦੇ ਵਿਕਾਸ ਵਾਸਤੇ ਜ਼ਰੂਰੀ ਹੁੰਦੇ ਆ ਨਾ ਉਹਨੂੰ ਆਪਾਂ ਮੌਲਕ ਅਧਿਕਾਰ ਕਹਿ ਦਿੰਨੇ ਆ ਇਹਦੀਆਂ ਵਿਸ਼ੇਸ਼ਤਾਈਆਂ ਕੀ ਆ ਫਸਟ ਆਫ 올 ਇਹ ਇਹ ਰਾਜ ਸਰਵ ਵਿੱਚ ਕਾਨੂੰਨ ਪਾਵ ਸਰਦਾਨ ਸਰ ਵਿੱਚ ਕਾਨੂੰਨ ਕਿਹੜਾ ਸਾਡਾ ਸਰਦਾਨ ਉਦੇ ਵਿੱਚ ਸ਼ਾਮਲਾ ਸਰਦਾਰ ਵਿੱਚ ਸਾਡੇ ਸ਼ਾਮਲਵਾ ਤੁਸੀਂ ਸਰਦਾਰ ਦਾ ਚੈਪਟਰ ਪੜਿਆ ਸੀ ਵਿਸ਼ੇਸ਼ ਆਈਆਂ ਉਹਦੇ ਵਿੱਚ ਲਿਖਿਆ ਹੋਇਆ ਹੈ ਇੱਕ ਮਨੁੱਖੀ ਅਧਿਕਾਰਾਂ ਬਾਰੇ ਸ਼ਾਮਲਾ ਉਸ ਸੈਕੰਡ ਇਹ ਵਿਅਕਤੀ ਦੇ ਸਮੁੱਚੇ ਵਿਕਾਸ ਵਾਸਤੇ ਜ਼ਰੂਰੀ ਹੈ 3rd ਇਸ ਤਰ੍ਹਾਂ ਦੇ ਕਾਨੂੰਨ ਪਾਸ ਕਰਕੇ ਜਿਹੜਾ ਹੈਗਾ ਵਾ ਉਹਨੂੰ ਖਤਮ ਨਹੀਂ ਕਰ ਸਕਦੇ ਹੈਗੇ ਜਿਵੇਂ ਦੋ ਤਰ੍ਹਾਂ ਦੇ ਕਾਨੂੰਨ ਨੂੰ ਦੇਣਾ ਪਾਸ ਕਰਨਾ ਸੰਸਦ ਵਿੱਚ ਸਥਾਨਕ ਕਾਨੂੰਨ ਪਾਸ ਕਰਨਾ ਕਿਰਚ ਕਰਨ ਹੁੰਦਾ ਤੇ ਇਹਨੂੰ ਪਾਸ ਮਨੁੱਖੀ ਅਧਿਕਾਰ ਨੂੰ ਖੋਇਆ ਨਹੀਂ ਜਾ ਸਕਦਾ ਹੈਗਾ ਫੋਰਥ ਰਾਜ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਇੱਕੋ ਜਿਹੇ ਮੌਲਕ ਅਧਿਕਾਰ ਰਹਿਗੇ ਪ੍ਰਾਪਤ ਹੋਣਗੇ ਤੇ ਸਾਰਿਆਂ ਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਜ਼ਰੂਰੀ ਹੋਵੇਗਾ ਜਿਹੜਾ ਵੀ ਜਾਵੇ ਇੰਡੀਆ ਦਾ ਲੋਕ ਵਾ ਉਹਨੂੰ ਇਹ ਮੌਲਕ ਅਧਿਕਾਰ ਮਿਲਣਗੇ ਜਿਹੜਾ ਜਸਟਿਸ 15 ਲਈ ਸ਼ਾਸਤਰਹੀ ਬਤਵਾ ਰਹੇ ਉਹਨੇ ਵੀ ਇਹ ਕਿਹਾ ਸੀ ਕਿ ਮੌਲਕ ਅਧਿਕਾਰਾਂ ਨੂੰ ਰਾਜ ਦੁਆਰਾ ਬਣਾਏ ਗੇ ਆਮ ਕਾਨੂੰਨਾਂ ਤੋਂ શ્રેਸ਼ਟਾ ਹੋਏਗੀ ਪਰ ਹੋਰ ਵੀ ਕਈ ਆਪਾਂ ਕਾਨੂੰਨਾਂ ਨੂੰ ਫੋਲੋ ਕਰਦੇ ਆਂ ਬਟ ਮੌਲਕ ਅਧਿਕਾਰ ਨੂੰ ਸਭ ਤੋਂ ਜ਼ਿਆਦਾ ਸ਼੍ਰੇਸ਼ਟਾ ਪ੍ਰਾਪਤ ਹੋਆ ਤੇ ਨਿਆਇ ਸੰਗਤ ਨਿਆਇ ਸੰਗਤ ਪਾਵੇ ਜੇ ਮਨ ਲੋਕੇ ਮੇਰੇ ਨਾਲ ਜਾਤ ਪਾਤ ਜਾਂ ਧਰਮ ਜਾਂ ਮਲਪਿਸ ਕਰਕੇ ਕੰਮ ਲੈਣੀ ਆ ਉਹ ਚੈਂਸ ਵਾ ਜਾਂ ਮੈਂ ਮੰਨ ਲਉ ਕਿ ਹਿੰਦੂ ਜਾਂ ਮੁਸਲਮਾਨ ਕਿਸੇ ਧਰਮ ਨੂੰ ਬਲਾਂਗ ਕਰਦੀ ਆ ਤੇ ਬਾਕੀ ਮੈਕਸਮਮ ਹਿੰਦੂ ਆ ਤੇ ਮੈਂ ਮੁਸਲਮਾਨ ਆ ਤੇ ਮੇਰੇ ਨਾਲ ਧਰਮ ਦੇ ਨਾਂ ਤੇ ਜਿਹੜਾ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਤੇ ਮੈਂ ਮਲਪੀ ਚਾਰਜ ਹੋਈ ਕਰ ਸਕਦੀ ਹਾਂ ਤਾਲ ਤੇ ਜਾ ਕੇ ਕਰ ਸਕਦੀ ਹਾਂ ਕਿ ਮੈਨੂੰ ਮੇਰੇ ਸਭਾ ਨੇ ਮੇਰੇ ਇੰਡੀਆ ਨੇ ਮੌਲਕਤ ਕਰਤਾ ਕਿ ਮੈਂ ਆਪਣੇ ਧਰਮ ਦਾ ਸਤਿਕਾਰ ਕਰ ਸਕਦੀ ਹਾਂ ਤੇ ਮੇਰੇ ਇਹ ਧਰਮ ਨੂੰ ਠੇਸ ਪਹੁੰਚਾ ਰਹੇ ਨੇ ਮੈਨਾਂ ਡਿਸਕ੍ਰਿਮੀਨੇਟ ਕਰ ਰਹੇ ਨੇ ਮੇਰੇ ਧਰਮ ਦੇ ਨਾਂ ਤੇ ਠੀਕ ਹੈ ਕਿ ਪਾ ਕੇ ਮੌਲਕਤ ਕਰ ਨਿਆਸੰਘ ਦਾ ਨਿਆਸੰਘ ਦਾ ਪਾ ਕੇ ਜੇ ਮੇਰੇ ਨਾਲ ਕਿਸੇ ਵੀ ਤਰ੍ਹਾਂ ਮੈਂ ਇੱਕ ਧਰਮ ਦੀ ਐਗਜ਼ਾਮਪਲ ਦੀ ਤੀਆ ਕਿਸੇ ਤਰ੍ਹਾਂ ਵੀ ਮੇਰੇ ਨਾਲ ਸਮਾਨ ਤੌਰ ਤੇ ਚੰ ਹੋਰ ਕਿਸੇ ਅਧਿਕਾਰਾਂ ਦੀ ਮੇਰੀ ਉਲੰਘਣਾ ਹੋ ਰਹੀ ਹੈ ਸ਼ੇ ਅਧਿਕਾਰਾਂ ਦੀ ਵਿੱਚੋਂ ਕਿਸੇ ਵੀ ਅਧਿਕਾਰ ਤੇ ਲੰਘਣਾ ਹੁੰਦੀ ਹੈ ਤੇ ਮੈਂ ਅਦਾਲਤਾਂ ਵਿੱਚ ਦਰਵਾਜ਼ਾ ਖੜਕਾ ਸਕਦੀਆਂ ਚਾਹਨ ਕਿ ਅਦਾਲਤਾਂ ਚ ਜਾ ਕੇ ਕੇਸ ਕਰ ਸਕਦੀਆਂ ਠੀਕ ਹੈ ਨੈਕਸ ਅਪਾ ਫਿਰ ਪੜਾਂਗੇ ਕਿ ਮੌਲਿਕ ਅਧਿਕਾਰ ਨੂੰ ਸੰਵਿਧਾਨ ਵਿੱਚ ਕਿਉਂ ਸ਼ਾਮਲ ਕੀਤਾ ਗਿਆ ਸਾਡੇ ਇੰਡੀਆ ਨੇ ਸਾਡੇ ਸੰਵਿਧਾਨ ਵਿੱਚ ਸਾਡੇ ਕਨਸਟੀਟਿਊਸ਼ਨ ਵਿੱਚ ਇਹਨਾਂ ਨੂੰ ਕਿਉਂ ਅਪਣਾਉਣਾ ਜ਼ਰੂਰੀ ਸਮਝਿਆ ਥੈਂਕਸ